ਗੁਰੂ ਗ੍ਰੰਥ ਸਾਹਿਬ 'ਤੇ ਜਦੋਂ ਵੀ ਕੋਈ ਉੱਦਮ ਕਰੇਗਾ, ਮੇਰੇ ਵਰਗਾ ਬੰਦਾ ਵੀ ਉੱਥੇ ਜਾਏਗਾ ਜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈਗੀ ਹੈ, ਕਿਉਂਕਿ ਮੈਂ ਪਾਰਟੀ ਤੋਂ, ਸਿਆਸਤ ਤੋਂ, ਆਪਣੇ ਪਰਿਵਾਰ ਤੋਂ ਉੱਤੇ ਗੁਰੂ ਗ੍ਰੰਥ ਸਾਹਿਬ ਨੂੰ ਸਮਝਦਾ ਵਾਂ। ਸੋ ਇਸ ਕਰਕੇ ਮੇਰੇ ਵਿਊਜ਼ ਬਿਲਕੁਲ ਕਲੀਅਰ ਨੇ। ਤੁਹਾਨੂੰ ਕੀ ਲੱਗਦਾ ਕਿ ਜਿਹੜੇ ਫਿਰ ਇਨਸਾਫ ਮੰਗਣ ਦੇ ਲਈ ਲੋਕ ਬੈਠੇ ਨੇ ਆਪਣੀ, ਉਹਨਾਂ ਦੇ ਨਾਲ ਵਿਰੋਧਤਾ ਹੈਗੀ ਹੈ, ਜਾਂ ਫਿਰ ਜਿਹੜਾ ਢੰਗ ਤਰੀਕਾ ਉਹ ਠੀਕ ਨਹੀਂ ਹੈਗਾ, ਜਾਂ ਤੁਹਾਡੀ ਪਾਰਟੀ ਜਦੋਂ ਸਰਕਾਰ ਸੀ ਜਦੋਂ ਇਹ ਸਾਰਾ ਕੁਛ ਵਾਪਰਿਆ ਉਦੋਂ ਇਨਸਾਫ ਨਹੀਂ ਮਿਲਿਆ ਤਾਂ ਇਹ ਸਾਰਾ ਕੁਛ ਵੱਧ ਗਿਆ? ਦੇਖੋ, ਇੱਕ ਤਾਂ ਪਾਰਟੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਨਸਾਫ ਨਹੀਂ ਕਰ ਸਕੇ 2 ਸਾਲਾਂ, ਜਦੋਂ ਕੋਈ ਕਾਰਨ ਰਿਹਾ ਹੋਵੇ। ਪਾਰਟੀ ਨੇ ਕੰਮ ਕੀਤਾ ਨਹੀਂ, ਨਾ ਬਹਿਬਲ ਕਲਾਂ 'ਚ ਗੋਲੀ ਚਲਾਉਣ ਦਾ ਹੁਕਮ ਕੀਤਾ, ਨਾ ਪਤਰੇ ਬੇਦਬੀ ਕੀਤੀ, ਲੇਕਿਨ ਜ਼ਿੰਮੇਵਾਰੀ ਬਣਦੀ ਹੈ, ਔਰ ਬੀਂਗ ਪੰਥਕ ਪਾਰਟੀ ਜ਼ਿਆਦਾ ਬਣਦੀ ਹੈ। ਦੂਜੀ ਗੱਲ, ਤੁਸੀਂ ਕਿਹਾ ਕਿ ਉੱਥੇ ਜਿਹੜੇ ਬੰਦੇ ਬੈਠੇ ਆ, ਮੈਂ ਬਿਲਕੁਲ ਕਲੀਅਰ ਹਾਂ ਕਿ ਇਸ਼ੂ ਜਿਹੜਾ ਹੈਗਾ ਉਹ ਹਰੇਕ ਸਿੱਖ ਦੇ ਨੇੜੇ ਹੈ, ਪਰ ਜਿਹੜੇ ਉੱਥੇ ਬੰਦੇ ਬੈਠੇ ਨੇ ਉਹਨਾਂ ਦੀ ਬੈਕਗਰਾਉਂਡ ਸ਼ੇਡੀ ਹੈ ਜੀ। ਮੈਂ ਅਕਾਲੀ ਦਲ ਨੂੰ ਇਸ ਚੀਜ਼ 'ਤੇ ਇਤਰਾਜ਼ ਆ। ਨਹੀਂ, ਅਕਾਲੀ ਦਲ ਨੂੰ ਇਹ ਗੱਲ ਖੋਲਣੀ ਚਾਹੀਦੀ ਹੈ। ਅਕਾਲੀ ਦਲ ਤੇ ਮਤਲਬ ਇਸ ਗੱਲ ਦੇ ਉੱਤੇ ਆਇਆ ਹੀ ਨਹੀਂ ਹਲੇ ਮੇਰੇ ਹਿਸਾਬ ਨਾਲ। ਅਕਾਲੀ ਦਲ ਨੂੰ ਤੇ ਚਾਹੀਦਾ ਗੁਰੂ ਗ੍ਰੰਥ ਸਾਹਿਬ ਵਾਸਤੇ, ਆਪ ਕਿਉਂ ਨਹੀਂ ਤੁਸੀਂ ਕੱਟ ਮਾਰਦੇ? ਲੇਕਿਨ ਜਿਹੜੇ ਬੰਦੇ ਬੈਠੇ ਨੇ ਉਹਨਾਂ ਨੂੰ ਜ਼ਰੂਰ ਨੰਗਾ ਕਰੋ, ਲੇਕਿਨ ਇਹ ਨਾ ਕਹੋ ਕਿ ਜੀ ਬਰਗਾੜੀ ਗਲਤ ਹੈ, ਅਸੀਂ ਇਹ ਬਿਲਕੁਲ ਨਹੀਂ ਕਹਿਣਾ ਚਾਹੀਦਾ, ਔਰ ਮੈਂ ਇਸ 'ਤੇ ਪੂਰੀ ਮੋਹ ਲੈਂਦਾ। ਪਰ ਜੀ ਕੇ ਸਾਹਿਬ, ਗੱਲ ਇਹ ਆ ਕਿ ਚਲੋ ਉਹ ਬਰਗਾੜੀ ਨੂੰ ਭੁੱਲ ਜਾਈਏ, 2015 ਤੋਂ ਬਾਅਦ ਜੋ ਕੁਝ ਵਾਪਰਿਆ ਸੀਗਾ ਉਸ ਤੋਂ ਬਾਅਦ ਨਾ ਤਾਂ ਜਹੇਦਾਰ ਸਾਹਿਬ ਵੱਲੋਂ ਕਦੀ ਕੋਈ ਇਹੋ ਜਿਹਾ ਬਿਆਨ ਆਇਆ, ਅਤੇ ਨਾ ਹੀ ਤੁਹਾਡੀ ਪਾਰਟੀ ਵੱਲੋਂ ਅਕਾਲੀ ਦਲ ਦੇ ਨਾ ਕਿਸੇ ਵੱਡੇ ਲੀਡਰ ਨੇ, ਨਾ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ, ਕਿਸੇ ਨੇ ਵੀ ਜਾ ਕੇ ਲੋਕਾਂ ਦੇ ਵਿੱਚ ਇਸ ਚੀਜ਼ ਬਾਰੇ ਜ਼ਿਕਰ ਨਹੀਂ ਕੀਤਾ, ਨਾ ਕੋਈ ਮੁਆਫੀ ਦੀ ਗੱਲ, ਨਾ ਕੋਈ ਉਹਨਾਂ ਦੇ ਨਾਲ ਸੁਹਿਰਦਤਾ ਦੀ ਗੱਲ, ਨਾ ਇਨਸਾਫ ਦੀ ਗੱਲ। ਇਹ ਸਾਰਾ ਕੁਝ ਇਹੀ ਤਾਂ ਇੱਕ ਰੋਹ ਹੈ ਜਿਹੜਾ ਕਿ ਅਕਾਲੀ ਦਲ ਦੇ ਨਾਲ ਲੋਕਾਂ ਦਾ ਬਣ ਗਿਆ, ਪਰ ਇਹ ਸਮਝਣ ਨੂੰ ਤਿਆਰ ਕਿਉਂ ਨਹੀਂ ਹੈ, ਪਾਰਟੀ ਕਿਉਂ ਨਹੀਂ ਸਮਝਦੀ? ਨਹੀਂ, ਪਾਰਟੀ ਦੇ ਵਿੱਚ ਇਸ ਵੇਲੇ ਇਸ ਗੱਲ ਦੇ ਉੱਤੇ ਬੜੀ ਸੀਰੀਅਸ ਥਾਟ ਪ੍ਰੋਸੈਸ ਦਿੱਤਾ ਜਾ ਰਿਹਾ, ਔਰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇਹਦਾ ਫਰਕ ਵੀ ਨਜ਼ਰ ਆਏਗਾ। ਨੰਬਰ 1, ਨੰਬਰ 2, ਇੱਕ ਗੱਲ ਹੋਰ ਹੈ, ਆਪਾਂ ਬਰਗਾੜੀ ਨੂੰ ਪਕੜ ਲਿਆ, ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਨਾ ਜੀ, ਉਸ ਤੋਂ ਬਾਅਦ ਕਿੰਨੀਆਂ ਬੇਦਬੀਆਂ ਹੋ ਚੁੱਕੀਆਂ ਨੇ, ਜਿੱਦਣ ਦੀ ਇਹ ਸਰਕਾਰ ਆਈ ਹੈ, ਜਿਸ ਦਿਨ ਤੁਸੀਂ ਰੈਲੀ ਕਰਦੇ ਪਏ ਉਸ ਦਿਨ ਵੀ ਬੇਦਬੀ ਹੁੰਦੀ ਪਈ ਹੈ ਜੀ, ਉਸ 'ਤੇ ਕੋਈ ਨਹੀਂ ਬੋਲਦਾ ਪਿਆ। ਮੈਂ ਸਮਝਦਾ ਉੱਥੇ ਜਿਹੜੇ ਬੰਦੇ ਬੈਠੇ ਨੇ ਉਹ ਕਿਸੇ ਮਿਸ਼ਨ ਨਾਲ ਬੈਠੇ ਨੇ, ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਭਾਵੇਂ ਉਹ ਕਿਸੇ ਵਕਤ ਬੇਦਬੀ ਹੋਈ ਹੋਵੇ, ਸਾਡਾ ਉਹ ਇੰਟਰਸਟ ਆ। ਅੱਜ ਰਾਜਾ ਜੀ ਦੀ ਪਾਰਟੀ ਜਿਹਨੇ ਸਾਡੇ ਕਤਲ ਕੀਤੇ ਨੇ, ਜਿਹਨੇ ਦਰਬਾਰ ਸਾਹਿਬ ਢਾਇਆ, ਦਿੱਲੀ 'ਚ ਮੈਂ ਵੱਸਦਾ ਵਾਂ, ਮੈਨੂੰ ਪਤਾ ਦਿੱਲੀ ਦੇ ਵਿੱਚ ਕੀ ਹਾਲ ਹੈ, ਕਿ ਦੁਨੀਆ ਦੇ ਫੇਸ 'ਤੇ ਇੱਕੋ ਇੱਕ ਵਿਡੋ ਕਾਲਨੀ ਹੈ ਜਿਸ ਨੂੰ ਤਿਲਕ ਵਿਹਾਰ ਕਿਹਾ ਜਾਂਦਾ, ਉਹ ਕਾਂਗਰਸ ਦੀ ਬਣਾਈ ਹੈ, ਅੱਜ ਉਹ ਸਾਨੂੰ ਸਰਮਨ ਦੇ ਰਹੇ ਨੇ। ਮੈਂ ਸਮਝਦਾ ਵਾਂ ਕਿ ਇੰਦਰਾ ਗਾਂਧੀ ਨੇ, ਮੈਂ ਅੱਜ ਤੁਹਾਨੂੰ ਹਿਸਟੋਰੀਕਲ ਗੱਲ ਸੁਣਾ ਜੀ ਜੀ, ਇੰਦਰਾ ਗਾਂਧੀ ਨੇ ਦਰਬਾਰ ਸਾਹਿਬ 'ਤੇ ਹਮਲਾ ਕਿਉਂ ਕੀਤਾ? ਉਸਨੂੰ ਪਤਾ ਸੀ ਮੇਰੀ ਇਲੈਕਸ਼ਨ ਆ ਰਹੀ ਹੈ, ਮੇਰੇ ਕੋਲ ਕੋਈ ਜਵਾਬ ਨਹੀਂ ਭੁੱਖਮਰੀ ਦਾ, ਕੋਈ ਜਵਾਬ ਨਹੀਂ ਕਿਸਾਨਾਂ ਦੀ ਪ੍ਰੋਬਲਮ ਦਾ, ਕੋਈ ਜਵਾਬ ਨਹੀਂ ਇਕਨੋਮਿਕ ਕੰਡੀਸ਼ਨ ਦਾ, ਕੋਈ ਜਵਾਬ ਨਹੀਂ ਬੇਰੁਜ਼ਗਾਰੀ ਦਾ। ਦਿਮਾਗ ਹਟਾਉਣ ਵਾਸਤੇ ਉਸਨੇ ਐਸਾ ਕੰਮ ਕੀਤਾ ਕਿ ਦਿਮਾਗ ਹਟਾ ਕੇ ਮੈਂ ਇੱਕ ਲੈਂਡਸਲਾਈਡ ਵਿਕਟਰੀ ਲੈ ਜਾਵਾਂ। ਅੱਜ ਕਾਂਗਰਸ ਫਿਰ ਉਸੇ ਮੋਡ 'ਚ ਆ ਗਈ ਹੈ, ਤੁਸੀਂ ਗੁਟਕਾ ਫੜ ਕੇ ਸਹੁੰ ਚੁੱਕੀ ਸੀ, ਉਹ ਸਹੁੰ ਕਿੱਥੇ ਹੈ? ਤੁਸੀਂ ਉਸ ਪਾਸੇ ਧਿਆਨ ਹੀ ਨਹੀਂ ਦੇ ਰਹੇ, ਤੁਸੀਂ ਗੁਰੂ ਗ੍ਰੰਥ ਸਾਹਿਬ 'ਤੇ ਉਲਝਾ ਦਿੱਤਾ ਸਾਰਿਆਂ ਨੂੰ। ਕਿੰਨੀ ਕੁ ਦੇਰ ਉਲਝਾ ਲਓਗੇ? ਅੱਜ ਮੈਂ ਤੁਹਾਡੇ ਟੀਵੀ 'ਤੇ ਤੁਹਾਡੇ ਰਿਕਾਰਡ 'ਤੇ ਬੋਲਦਾ ਪਿਆ ਵਾਂ, ਇਹ 2 ਮਹੀਨੇ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਾਂਗਾ, ਇਸ਼ੂ ਨਹੀਂ ਹੋਏਗਾ। ਬਿਲਕੁਲ ਸਹੀ, ਉਸ ਵੇਲੇ ਕਾਂਗਰਸ ਨੂੰ ਜਵਾਬ ਦੇਣੇ ਪੈਣਗੇ, ਔਰ ਜਾਂ ਤੁਸੀਂ ਇਹਦੇ ਵਿੱਚੋਂ ਜੇ ਤਸ਼ੱਦਦ ਕੱਢਣਾ ਚਾਹ ਰਹੇ ਹੋ, ਜਿਹਦੇ ਵਿੱਚ ਤੁਸੀਂ ਤਸ਼ੱਦਦ ਨੂੰ ਹਵਾ ਦੇਣਾ ਚਾਹ ਰਹੇ ਹੋ, ਤਾਂ ਉਹ ਕੰਢੇ ਤੁਹਾਨੂੰ ਆਪ ਕੱਢਣੇ ਪੈਣਗੇ, ਔਰ ਇਹਦਾ ਪੰਜਾਬ ਨੂੰ ਦੁਬਾਰਾ ਤੋਂ ਨੁਕਸਾਨ ਹੋਏਗਾ, ਸਿੱਖਾਂ ਨੂੰ ਦੁਬਾਰਾ ਤੋਂ ਨੁਕਸਾਨ ਹੋਏਗਾ। ਤੁਹਾਨੂੰ ਕੀ ਲੱਗਦਾ ਕਿ ਵੀ ਇਹ ਜਿਹੜਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਗਿਆ ਸੀਗਾ ਕਾਂਗਰਸ ਵੱਲੋਂ, ਜਾਂ ਜਿਵੇਂ ਜੋ ਵੀ ਪਲੈਨਿੰਗ ਕੀਤੀ ਗਈ, ਇਹ ਸਿਰਫ ਤੇ ਸਿਰਫ ਅਕਾਲੀ ਦਲ ਨੂੰ ਡੀਫੇਮ ਕਰਨ ਦੇ ਲਈ ਹੈ? ਦੇਖੋ, ਜਸਟਿਸ ਕਮਿਸ਼ਨ ਦੇ ਵਿੱਚ ਤਾਂ ਕਿਤੇ ਅਕਾਲੀ ਦਲ ਦਾ ਨਾਂ ਹੀ ਹੈ ਨਹੀਂ ਗਾ ਜੀ ਜੀ, ਨਹੀਂ ਨਹੀਂ ਮਤਲਬ ਕਹਿਣ ਤੋਂ ਇਹ ਕਿ ਉਸ ਦਿਨ ਇਹ ਦੱਸਿਆ ਗਿਆ ਕਿ ਕਮਿਸ਼ਨ ਨੇ ਸਾਰਾ ਕੁਝ ਹੀ ਕਹਿਤਾ, ਬਾਦਲ ਸਾਹਿਬ ਨੇ ਪੱਤਰੇ ਪਾੜਤੇ, ਬਾਦਲ ਸਾਹਿਬ ਨੇ ਰਾਤੀ ਹੁਕਮ ਦੇ ਦਿੱਤਾ ਗੋਲੀ ਚਲਾਉਣ ਦਾ, ਅਣਪਛਾਤੇ ਬੰਦਿਆਂ 'ਤੇ FIR ਹੋ ਗਈ, ਬਾਈ ਨੇਮ FIR। ਮੈਂ ਸਮਝਦਾ ਵਾਂ, ਦੇਖੋ ਆਪਾਂ ਛੱਡੀਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ, ਚਲੋ ਆਪਾਂ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਗੱਲ ਕਰਾਂਗੇ, ਉਹ ਤਾਂ ਤੁਹਾਡੀ ਪਾਰਟੀ ਦਾ ਸੀ। ਮੈਂ ਕਹਿਣਾ ਵਾਂ ਦੇਖੋ, ਮੈਂ ਓਨਾ ਕੁ ਸਿਆਸੀ ਨਹੀਂ ਹਾਂ ਜਿੱਥੇ ਗੁਰੂ ਦੀ ਗੱਲ ਆ ਜਾਵੇ, ਉੱਥੇ ਮੇਰੇ ਸੈਂਟੀਮੈਂਟਸ ਕੁਛ ਹੋਰ ਹੈ। ਮੈਂ ਇਹ ਕਹਿੰਦਾ ਵਾਂ ਕਿ ਗੁਰੂ ਜਿਹੜਾ ਉਹ ਬਖਸ਼ੇਗਾ ਨਹੀਂ, ਭਾਵੇਂ ਉਹ ਮਨਜੀਤ ਸਿੰਘ ਹੋਵੇ, ਜਿਸਨੇ ਵੀ ਇਹ ਕੁਕਰਮ ਕੀਤੇ ਨੇ ਉਹਨਾਂ ਦਾ ਵੰਸ਼ ਨਾਸ ਹੋਏਗਾ, ਔਰ ਮੈਂ ਇਸ ਗੱਲ 'ਤੇ ਪੱਕਾ ਵਿਸ਼ਵਾਸ ਰੱਖਦਾ ਵਾਂ। ਅੱਜ 84 ਦੀ ਲੜਾਈ ਮੈਂ ਲੜ ਰਿਹਾ ਵਾਂ, ਪਿੱਛੇ 35 ਸਾਲ ਤੋਂ, ਜਦੋਂ ਮੈਂ ਕਹਿ ਰਿਹਾ ਵਾਂ ਨਾ, ਤਾਂ ਮੇਰੀ ਟੀਮ ਦੀ ਗੱਲ ਕਰ ਰਿਹਾ ਵਾਂ, ਮੈਂ ਆਪਣੀ ਪਾਰਟੀ ਦੀ ਗੱਲ ਕਰ ਰਿਹਾ ਵਾਂ, ਮੈਂ ਪਾਰਟੀ ਦੇ ਫੋਰਮ 'ਤੇ ਨਹੀਂ ਸੀ, ਮੈਂ ਤਾਂ ਆਪ ਤੋਂ ਲੜਦਾ ਪਿਆ ਵਾਂ। ਸੱਜਣ ਟਾਈਟਲ ਨੂੰ ਧੋਣੋ ਫੜਨਾ ਕਾਂਗਰਸ ਦੇ ਰਾਜ 'ਚ, ਕੀ ਅਸੀਂ ਆਪਣੇ 'ਤੇ ਰਿਸਕ ਨਹੀਂ ਲਏ ਸੀਗੇ, ਕਿ ਸਾਡੇ 'ਤੇ NSA ਨਹੀਂ ਲੱਗੇ ਉਸ ਵੇਲੇ? ਮੈਂ ਇਹ ਸਮਝਦਾ ਵਾਂ
ਕਿ ਅੱਜ ਸੱਚੇ ਦਿਲੋਂ ਮੈਂ ਅਰਦਾਸ ਕਰਦਾ ਗੁਰਦੁਆਰੇ ਜਾ ਕੇ, ਸੱਚੇ ਪਾਤਸ਼ਾਹ ਸਾਨੂੰ ਕੋਰਟ ਕਚਹਿਰੀਆਂ 'ਚ 84 ਦਾ ਇਨਸਾਫ ਨਹੀਂ ਮਿਲਦਾ, ਤੇਰੀ ਕਲਾ ਕੋ ਵਰਤੇਗੀ ਤੇ ਵਰਤੇਗੀ। ਮੈਂ ਸਮਝਦਾ ਵਰਤੇਗੀ, ਮੈਂ ਗੁਰੂ ਤੇ ਵਿਸ਼ਵਾਸ ਰੱਖਦਾ ਵਾਂ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ। ਇਹ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਠੀਕ ਦੇਵੇ ਨਾ ਦੇਵੇ, ਲੇਕਿਨ ਗੁਰੂ ਦੀ ਕਲਾ ਕਿਤੇ ਨਾ ਕਿਤੇ ਜ਼ਰੂਰ ਵਰਤੇਗੀ।